ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ। ਸਖਤੀ ਦੇ ਬਾਵਜੂਦ ਫਿਰ ਮੋਬਾਈਲ ਫੋਨ ਬਰਾਮਦ ਹੋਏ ਨੇ। ਬੀਤੇ 2 ਦਿਨਾਂ ਦੇ ਵਿੱਚ 2 ਵਾਰ ਕਰੀਬ 5 ਅਤੇ 7 ਹਵਾਲਾਤੀਆਂ ਤੇ ਕੈਦੀਆਂ ਤੋਂ 16 ਫੋਨ ਬਰਾਮਦ ਹੋਣ ਦਾ ਮਾਮਲਾ ਸੁਰਖੀਆਂ ਦੇ ਵਿੱਚ ਹੈ ਕਿ ਅੱਜ ਫਿਰ ਕੈਦੀਆਂ ਤੇ ਹਵਾਲਾਤੀਆਂ ਤੋਂ ਬੈਟਰੀ, ਚਾਰਜਰ ਅਤੇ 5 ਫੋਨ ਬਰਾਮਦ ਹੋਏ ਨੇ। ਕੇਂਦਰੀ ਜੇਲ੍ਹ ਬਠਿੰਡਾ ਦੇ ਵਿੱਚੋਂ ਲਗਾਤਾਰ ਮੋਬਾਈਲ ਬਰਾਮਦਗੀ ਹੋਣਾ ਕੇਂਦਰੀ ਜੇਲ੍ਹ ਬਠਿੰਡਾ ਦੇ ਸੁਰਖੀਆਂ ਘੇਰੇ ਤੇ ਵੱਡੇ ਸਵਾਲ ਖੜੇ ਕਰਦਾ ਹੈ। फिलहाल पुलिस ने हवालातियों खिलाफ एक्शन 52A जेल एक्ट तहत पर्चा दर्ज करके अगली कार्रवाई आरंभ कर दी है। बठिंडा तो ब्यूरो रिपोर्ट, NC7 न्यूज़।